ਅੱਜ ਨਸ਼ਿਆਂ ਦੇ ਵਪਾਰੀਆ ਸਿੱਖੀ ਨੂੰ ਬਦਨਾਮ ਨਾ ਕਰੋ। ਸਿੱਖੀ ਤਾਂ ਨਾਮ ਦੇ ਨਸ਼ੇ ਚ ਰਹਿਣ ਵਾਲੀ ਸੀ। ਮੈਂ ਕਿਵੇਂ ਕਵਾਂ ਗੁਰੂ ਗੋਬਿੰਦ ਸਿੰਘ ਨੂੰ, ਮੈਂ ਕਿਹੜਾ ਮੂੰਹ ਲੈ ਕੇ ਅਰਦਾਸ ਕਰਾਂ, ਮੈਂ ਕਿਹੜਾ ਮੂੰਹ ਲੈ ਕੇ ਕਥਾ ਕਰਾਂ, ਮੈਂ ਕਿਵੇਂ ਕਵਾਂ ਗੁਰੂ ਗੋਬਿੰਦ ਸਿੰਘ ਨੂੰ, ਉਹ ਤੂੰ 7 ਮਹੀਨੇ ਆਪਣੇ ਬੱਚਿਆਂ ਨੂੰ ਖਾਣਾ ਨਹੀਂ ਦਿੱਤਾ, ਤੂੰ ਉਹ ਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਘੇਰਾ ਪਿਆ, ਤੂੰ 7 ਮਹੀਨੇ ਆਪਣੇ ਬੱਚਿਆਂ ਨੂੰ ਖਾਣਾ ਨਹੀਂ ਦਿੱਤਾ, ਤੂੰ 7 ਮਹੀਨੇ ਆਪਣੇ ਬੱਚਿਆਂ ਨੂੰ ਚੰਗਾ ਪਹਿਨਣ ਨੂੰ ਨਹੀਂ ਦਿੱਤਾ, ਤੇਰੇ ਬੱਚੇ ਠੰਡੇ ਬੁਰਜ ਵਿੱਚ ਤੜਫਦੇ ਰਹੇ, ਤੇਰੇ ਬੱਚੇ ਚਮਕੌਰ ਦੀ ਗੜੀ ਚ ਤੜਫਦੇ ਰਹੇ, ਤੇਰੇ ਬੱਚੇ ਸਰਸਾ ਦੇ ਕਿਨਾਰੇ ਤੇ ਤੜਫਦੇ ਰਹੇ। ਮੈਂ ਕਿਵੇਂ ਕਵਾਂ ਅੱਜ ਉਹ ਗੁਰੂ ਗੋਬਿੰਦ ਸਿੰਘ ਸਾਡੀ ਕੱਚ ਪੁੱਤ ਵਾਰਨ ਵਾਲੇ ਆ, ਅੱਜ ਦਾ ਤੇਰਾ ਪੁੱਤ ਨਸ਼ੇ ਮੰਗਦਾ, ਅੱਜ ਦਾ ਤੇਰਾ ਪੁੱਤ ਅੰਮ੍ਰਿਤ ਨਹੀਂ ਮੰਗਦਾ, ਅੱਜ ਦਾ ਤੇਰਾ ਪੁੱਤ ਗੁਰੂ ਦੇ ਚਰਨਾਂ ਵਿੱਚ ਨਹੀਂ ਜੁੜਦਾ, ਅੱਜ ਦਾ ਤੇਰਾ ਪੁੱਤ ਸ਼ਰਾਬ ਦੇ ਠੇਕਿਆਂ ਤੇ ਰੁਲਦਾ, ਅੱਜ ਦਾ ਤੇਰਾ ਪੁੱਤ ਗਦਾਰੀਆਂ ਕਰਦਾ ਤੇਰੀ ਕੌਮ ਨਾਲ, ਮੈਂ ਤੈਨੂੰ ਕਿਵੇਂ ਕਵਾਂ। ਮੈਨੂੰ ਮਾਫ ਕਰਿਓ, ਹੋ ਸਕਦਾ ਕਿਸੇ ਦੇ ਮਨ ਵਿੱਚ ਭਾਵਨਾ ਇਹ ਹੋਵੇ ਮੈਂ ਸੰਗਤ ਨੂੰ ਕਿਸੇ ਗਲਤ ਪਾਸੇ ਦੌੜਦਾ, ਇਮੋਸ਼ਨਲ ਕਰਦਾ, ਬਿਲਕੁਲ ਨਹੀਂ। ਜਿੱਦਣ ਤੁਹਾਡਾ ਪੁੱਤ ਬਰਬਾਦ ਹੋਏਗਾ ਨਾ, ਫਿਰ ਆਪਣੇ ਸੀਨੇ ਨੂੰ ਪੁੱਛ ਕੇ ਦੇਖਿਓ ਤੁਹਾਨੂੰ ਕਿੰਨਾ ਕੁ ਦਰਦ ਲੱਗਦਾ। ਜਦ ਪੰਜਾਬ ਦੀ ਧਰਤੀ ਤੇ ਮੇਰੇ ਪੁੱਤ ਬਰਬਾਦ ਹੁੰਦੇ ਨੇ, ਮੈਨੂੰ ਦਰਦ ਲੱਗਦਾ। ਉਹ ਮੈਂ ਕਿਹੜੇ ਸ਼ਹੀਦਾਂ ਦੀਆਂ ਗੱਲਾਂ ਸੁਣਾਵਾਂ, ਮੈਂ ਕਿਹਨਾਂ ਦੀਆਂ ਗੱਲਾਂ ਸੁਣਾਵਾਂ। ਵਿਦੇਸ਼ਾਂ ਵਿੱਚ ਬੈਠੇ ਵੀਰਾਂ ਨੂੰ ਮੇਰੀ ਬੇਨਤੀ ਹੈ, ਛੱਡੋ ਸੋਨੇ ਦੀਆਂ ਮੁੰਦਰੀਆਂ ਪਾਉਣੀਆਂ, ਛੱਡੋ ਸੋਨੇ ਦੀਆਂ ਚੈਨੀਆਂ ਪਾਉਣੀਆਂ, ਛੱਡੋ ਬਹੁਤੇ ਕੀਰਤਨ ਕਥਾ ਦਰਬਾਰ ਕਰਵਾਉਣੇ, ਉਹ ਪਿੰਡਾਂ ਪਿੰਡਾਂ ਨੂੰ ਸਾਂਭ ਲਈਏ, ਝੋਲੀ ਅੱਡ ਕੇ ਮੰਗ ਲਈਏ, ਉਹ ਗੁਰੂ ਗੋਬਿੰਦ ਸਿੰਘ ਦੀ ਖਾਤਰ ਮੰਗਦੇ ਬਣ ਜਾਈਏ, ਝੋਲੀ ਝੋਲੀ ਅੱਡ ਕੇ ਮੰਗੀਏ, ਪਿੰਡਾਂ ਪਿੰਡਾਂ ਵਿੱਚ ਜਾ ਕੇ ਮੰਗੀਏ, ਉਹ ਮੈਨੂੰ ਗੁਰੂ ਗੋਬਿੰਦ ਸਿੰਘ ਦੀ ਜਵਾਨੀ ਮੋੜ ਦਿਓ, ਮੈਨੂੰ ਗੁਰੂ ਗੋਬਿੰਦ ਸਿੰਘ ਦੇ ਪੁੱਤ ਮੋੜ ਦਿਓ, ਮੈਨੂੰ ਗੁਰੂ ਗੋਬਿੰਦ ਸਿੰਘ ਦੇ ਪੁੱਤ ਮੋੜ ਦਿਓ। ਮੈਂ ਨਹੀਂ ਜੇ ਆਪਣੀ ਕੌਮ ਨੂੰ ਨਸ਼ਿਆਂ ਚ ਡੁੱਬੀ ਦੇਖਣਾ ਚਾਹੁੰਦਾ, ਮੈਂ ਨਹੀਂ ਆਪਣੀ ਕੌਮ ਨੂੰ ਬਰਬਾਦ ਹੋਈ ਵੇਖਣੀ ਚਾਹੁੰਦਾ, ਮੈਂ ਝੋਲੀ ਅੱਡ ਕੇ ਮੰਗਾਂ। ਆਪਣੇ ਦੀ ਖਾਤਰ ਸਾਰੇ ਮੰਗਦੇ ਨੇ, ਗੁਰੂ ਗੋਬਿੰਦ ਸਿੰਘ ਦੀ ਖਾਤਰ ਮੰਗਦੇ ਬਣ ਕੇ ਵੇਖੀਏ, ਗੁਰੂ ਜ਼ਰੂਰ ਕਿਰਪਾ ਕਰੇਗਾ। ਅੱਜ ਸਾਡੀ ਕੌਮ ਦਾ ਬਹੁਤ ਬੁਰਾ ਹਾਲ ਹੈ, ਮੈਂ ਹੱਥ ਜੋੜ ਬੇਨਤੀ ਕਰਨਾ, ਕੋਈ ਜਿੱਥੇ ਵੀ ਬੈਠਾ ਹੈ